ਅਮਰਤਾ ਪ੍ਰੀਤਮ ਦਾ ਨਾਵਲ ਜੇਬ ਕਤਰੀ ਦੇ ਪੰਨਵੇ ਅੰਗ ਦਾ ਬਾਕੀ ਦਾ ਭਾਗ ਸ਼ਰੀਨ ਨੇ ਹਾਲ ਚ ਜਾ ਕੇ ਇੱਕ ਰਿਕਾਰਡ ਲਾਇਆ ਆਈ ਐਮ ਸੋ ਹੈਪੀ ਆਈ ਕੁੱਡ ਫਲਾਈ ਤੇ ਫਿਰ ਮੇਰਾ ਹੱਥ ਫੜ ਕੇ ਡਾਂਸ ਕਰਦੀ ਮੈਨੂੰ ਹਾਲ ਚ ਲੈ ਗਈ ਹਾਲ ਚ ਹੋਰ ਵੀ ਕਈ ਸਨ ਪਰ ਸ਼ਰੀਨ ਮੇਰੇ ਨਾਲ ਡਾਂਸ ਕਰਦੀ ਰਹੀ ਬੜਾ ਕਲੋਜ਼ ਇਹ ਪਹਿਲਾ ਦਿਨ ਸੀ ਮੈਂ ਇੱਕ ਕੁੜੀ ਨੂੰ ਇੰਨਾ ਨੇੜੇ ਵੇਖਿਆ ਸੀ ਸ਼ਰੀਨ 파ਰਸੀ ਕੁੜੀ ਹੈ ਇੱਕ ਪਾਰਸੀ ਮੁੰਡਾ ਉਹਦਾ ਬੜਾ ਦੋਸਤ ਸੀ ਮੈਨੂੰ ਪਤਾ ਸੀ ਪਰ ਉਹਦਾ ਆਪਣਾ ਪਾਰਸੀ ਹੋਣਾ ਸ਼ਰੀਨ ਨੂੰ ਪਤਾ ਨਹੀਂ ਕਿਉਂ ਇਸ ਤਰ੍ਹਾਂ ਯਾਦ ਆਇਆ ਉਹਦਾ ਪਾਰਸੀ ਹੋਣਾ ਜਾਂ ਮੇਰਾ ਪਾਰਸੀ ਨਾ ਹੋਣਾ ਕਿ ਉਹਨੇ ਡਾਂਸ ਕਰਦਿਆਂ ਕਰਦਿਆਂ ਜ਼ੋਰ ਦੀ ਇੱਕ ਮੁੱਕੀ ਮੇਰੀ ਛਾਤੀ ਤੇ ਮਾਰੀ ਕਹਿਣ ਲੱਗੀ ਤੂੰ ਪਾਰਸੀ ਕਿਉਂ ਨਹੀਂ ਇਟਸ ਨਾਟ ਮਾਈ ਫਾਲਟ ਮੈਂ ਉਹਦੇ ਕੰਨਾਂ ਕੋਲ ਝੁੱਕ ਕੇ ਆਖਿਆ ਇਟ ਇਜ਼ ਯੋਰ ਫਾਲਟ ਸ਼ਰੀਨ ਨੇ ਆਪਣੇ ਹੋਠ ਮੇਰੇ ਕੰਨ ਨਾਲ ਲਾ ਕੇ ਆਖਿਆ ਹੋਠਾਂ ਨਾਲ ਕੰਨ ਨੂੰ ਛੋ ਕੇ ਕੰਨ ਨੂੰ ਵੀ ਕੀ ਉਸ ਤੋਂ ਜ਼ਰਾ ਹੀ ਠਾਂ ਗਿੱਚੀ ਨੂੰ ਵੀ oh my god ਸ਼ਰੀਨ ਮੇਰੀ ਬਾਹਂ ਚ ਕੰਬੀ ਗਈ ਸੀ ਮੇਰੀ ਬਾਹਂ ਵੀ ਸ਼ਾਇਦ ਕੰਬ ਗਈ ਸੀ ਜਾਇਦੀ ਉਹਦੀ ਪਿੱਠ ਦੀ ਕੰਬਣੀ ਮੇਰੀ ਬਾਹਂ ਤੱਕ ਆ ਗਈ ਪਰ ਤਾਂ ਵੀ ਮੈਂ ਉਹਨੂੰ ਬਾਹਂ ਦਾ ਆਸਰਾ ਦਿੱਤਾ ਉਹਨੇ ਢਾਲ ਜੀ ਮੇਰੀ ਬਾਹਂ ਦੇ ਆਸਰੇ ਨਾਲ ਖੜੀ ਸੀ ਮੋਮਬੱਤੀ ਦਾ ਚਾਨਣ ਗਿੱਠਕ ਹੁੰਦਾ ਕਮਰੇ 'ਚ ਹੋਰ ਵੀ ਕੁੜੀਆਂ ਸਨ ਲੜਕੇ ਵੀ ਉਹਨਾਂ ਵਿੱਚੋਂ ਵੀ ਕਈ ਡਾਂਸ ਕਰ ਰਹੇ ਸਨ ਸਾਰੇ ਆਪਣੇ ਧਿਆਨ ਸਨ ਸ਼ਰੀਨ ਨੇ ਅੱਖਾਂ ਮੀਟ ਲਈਆਂ ਜਿਵੇਂ ਬਾਹਰਲਾ ਹਨੇਰਾ ਕਾਫੀ ਨਾ ਹੋਵੇ ਮੈਂ ਸ਼ਰੀਨ ਦੇ ਹੋਠ ਚੁੰਮੇ ਜਿਹਾ ਪਿਆ ਅੱਖਾਂ ਮੀਟੀਆਂ ਹੋਈਆਂ ਸਨ ਪਰ ਹੋਠ ਨਹੀਂ ਸੀ ਮੀਟੇ ਹੋਏ ਇਹ ਸਿਰਫ ਬਾਅਦ ਵਿੱਚ ਮਾਂ ਨੂੰ ਖਤ ਪੋਸਟ ਕਰਨ ਲੱਗਿਆਂ ਖਿਆਲ ਆਇਆ ਕਿ ਉਹਦੇ ਵਿੱਚ ਜੋ ਸਕੈਚ ਸੀ ਇੱਕ ਲੜਕਾ ਬੜੇ ਧਿਆਨ ਨਾਲ ਮੇਜ਼ ਤੇ ਪਈਆਂ ਕਿਤਾਬਾਂ ਪੜ ਰਿਹਾ ਸੀ ਤੇ ਸਾਹਮਣੇ ਇੱਕ ਕੁੜੀ ਨੂੰ ਵੇਖ ਕੇ ਵੀ ਆਪਣੀਆਂ ਕਿਤਾਬਾਂ ਚ ਮਗਨ ਉਸ ਸਕੈਚ ਝੂਠਾ ਹੋ ਗਿਆ ਸੀ ਖਤ ਲਿਖਣ ਵੇਲੇ ਤੱਕ ਉਹ ਸੱਚਾ ਸੀ ਪਰ ਪੋਸਟ ਕਰਨ ਵੇਲੇ ਤੱਕ ਉਹ ਝੂਠਾ ਹੋ ਗਿਆ ਸੀ ਸ਼ਰੀਨ ਦਾ ਦੋਸਤ ਮੁੰਡਾ ਉਹਦੇ ਨਾਲ ਗੁੱਸੇ ਹੋ ਗਿਆ ਸੀ ਮੈਂ ਸ਼ਰੀਨ ਨੂੰ ਆਖਿਆ ਸੀ ਉਹ ਸ਼ਾਮ ਨੂੰ ਹਵੇਲੀ 'ਚ ਨਾ ਆਇਆ ਕਰੇ ਜਾਂ ਉਹਨੂੰ ਵੀ ਆਪਣੇ ਨਾਲ ਲਿਆਇਆ ਕਰੇ ਪਰ ਸ਼ਰੀਨ ਨੇ ਮੇਰੀ ਗੱਲ ਨਹੀਂ ਸੁਣੀ ਇੱਕ ਸ਼ਾਮ ਆਪਣੇ ਕਮਰੇ 'ਚ ਆਇਆ ਤਾਂ ਅਗੇ ਸ਼ਰੀਨ ਬੈਠੀ ਸੀ ਇਕੱਲੀ ਸੋਚਿਆ ਅੱਜ ਸ਼ਰੀਨ ਨੂੰ ਗੁੱਸੇ ਨਾਲ ਆਖਾਂਗਾ ਕਿ ਉਹ ਅੱਗੋਂ ਇੰਜ ਨਾ ਕਰੇ ਪਤਾ ਲੱਗਾ ਸੀ ਸ਼ਰੀਨ ਦੀ ਉਸ ਪਾਰਸੀ ਲੜਕੇ ਨਾਲ ਮੰਗਣੀ ਹੋਣ ਵਾਲੀ ਸੀ ਵੇਖਿਆ ਸ਼ਰੀਨ ਨੇ ਮੇਰੇ ਸੂਟਕੇਸ ਵਿੱਚੋਂ ਮੇਰੀ ਮਾਂ ਦੀ ਤਸਵੀਰ ਕੱਢ ਕੇ ਮੇਰੀ ਮੇਜ਼ ਉੱਤੇ ਲਾਈ ਹੋਈ ਸੀ ਪਤਾ ਨਹੀਂ ਕਦੋਂ ਵੇਖ ਗਈ ਸੀ ਉਹਦੇ ਮੇਜ਼ ਦਾ ਫਰੇਮ ਖਰੀਦ ਲਈ ਆਈ ਸੀ ਮੈਂ ਪਹਿਲਾਂ ਸ਼ਰੀਨਵਲ ਵੇਖਿਆ ਫਿਰ ਮਾਂ ਦੀ ਤਸਵੀਰ ਵੱਲ ਸ਼ਰੀਨ ਨੂੰ ਕੁਝ ਨਹੀਂ ਆਖਿਆ ਸਿਰਫ ਹਾਲਚ ਡਾਂਸ ਕਰਨ ਵੇਲੇ ਇੰਨਾ ਪੁੱਛਿਆ ਤੇਰੇ ਦੋਸਤਾਂ ਕੀ ਹਾਲ ਹੈ ਉਹ ਗੁੱਸੇ ਵੀ ਹੋ ਜਾਂਦਾ ਫਿਰ ਆਪੇ ਠੀਕ ਹੋ ਜਾਂਦਾ ਹੈ ਸ਼ਰੀਨ ਨੇ ਸੁਭਾਵਕ ਜਿਹਾ ਜਵਾਬ ਦਿੱਤਾ ਤੈਨੂੰ ਤਕਲੀਫ ਨਹੀਂ ਹੁੰਦੀ ਮੈਨੂੰ ਪੁੱਛਣਾ ਪਿਆ ਹੁੰਦੀ ਹੈ ਉਹਦਾ ਇਹ ਜਵਾਬ ਵੀ ਕੁਝ ਔਖਿਆਂ ਹੋ ਕੇ ਦਿੱਤਾ ਜਵਾਬ ਨਹੀਂ ਸੀ ਸਬਾਵਕ ਆਵਾਜ਼ ਚ ਸੀ ਆਈ ਕੈਨਟ ਅੰਡਰਸਟੈਂਡ ਕੁਛਿਰ ਵਿੱਚੋਂ ਮੈਂ ਆਖਿਆ ਸੀ ਯੂ ਵਾਂਟ ਟੂ ਅੰਡਰਸਟੈਂਡ ਉਹਨੇ ਜਵਾਬ ਚ ਪੁੱਛਿਆ ਮੈਂ ਉਹਦੇ ਪਤਲੇ ਕੋਲੇ ਮੂੰਹ ਹਲ ਤੱਕੀ ਗਿਆ ਕੁਝ ਆਖਿਆ ਨਹੀਂ ਗਿਆ ਜੱਪਿਆ ਉਹ ਕੋਈ ਅਜੀਬ ਗੱਲ ਕਹਿਣ ਲੱਗੀ ਸੀ ਤੇ ਜੱਪਿਆ ਮੈਂ ਸ਼ਾਇਦ ਉਹ ਸੁਣਨ ਲਈ ਤਿਆਰ ਨਹੀਂ ਸਾਂ ਪਰ ਹੁਣ ਮੇਰੇ ਸੁਣਨ ਜਾਂ ਨਾ ਸੁਣਨ ਦਾ ਸਵਾਲ ਨਹੀਂ ਸੀ ਮੈਂ ਪੁੱਛ ਚੁੱਕਾ ਸਾਂ ਉਹਨੇ ਜਵਾਬ ਦੇਣਾ ਸੀ ਕਹਿਣ ਲੱਗੇ ਆਈ ਫੀਲ ਲਾਈਕ ਹੈਂਗਿੰਗ ਇਨ ਸਸਪੈਂਸ਼ਨ ਐਜ਼ ਅ ਫਾਰਮ ਆਫ ਕਾਸਮਿਕ ਡਸਟ ਮੈਂ ਕਿੰਨਾ ਚਿਰ ਸ਼ਰੀਨ ਦੇ ਮੂੰਹ ਹਲ ਤੱਕਦਾ ਰਿਹਾ ਸਾਂ ਜਾਪਿਆ ਸੀ ਸ਼ਾਇਦ ਮੇਰਾ ਵਜੂਦ ਵੀ ਧਰਤੀ ਦੀ ਗ੍ਰੈਵਿਟੀ ਚੋਂ ਬਾਹਰ ਹੋ ਗਿਆ ਸੀ ਕਮ ਬੈਕ ਟੂ ਦਾ ਅਰਥ ਪਤਾ ਨਹੀਂ ਮੈਂ ਆਪਣੇ ਆਪ ਨੂੰ ਕਿਹਾ ਸੀ ਕਿ ਸ਼ਰੀਨ ਨੂੰ ਸ਼ਾਇਦ ਦੋਹਾਂ ਨੂੰ ਕਿਉਂਕਿ ਜਵਾਬ ਉਹਨੇ ਦਿੱਤਾ ਧਰਤੀ ਦੀ ਗ੍ਰੈਵਿਟੀ ਵੱਲ ਕਿਉਂ ਵਾਪਸ ਕਿਉਂ ਅਗੇ ਚੰਨ ਦੀ ਗ੍ਰੈਵਿਟੀ ਵੱਲ ਕਿਉਂ ਨਹੀਂ ਸਮਝ ਗਿਆ ਧਰਤੀ ਦੀ ਗ੍ਰੈਵਿਟੀ ਤੋਂ ਡਰਦੀ ਸੀ ਕਿਉਂਕਿ ਧਰਤੀ ਉੱਤੇ ਉਹਦੇ ਪਰਸੀ ਹੋਣ ਦੀ ਤੇ ਮੇਰੇ ਪਰਸੀ ਨਾ ਹੋਣ ਦੀ ਹਕੀਕਤ ਉਹਦੇ ਸਾਹਮਣੇ ਖਲੋ ਜਾਂਦੀ ਸੀ ਅਚਾਨਕ ਮੇਰਾ ਹੱਥ ਆਪਣੀ ਗਿੱਚੀ ਵੱਲ ਗਿਆ ਇੰਜ ਜਿਵੇਂ ਉੱਥੇ ਹਲਕੀ ਜੀ ਧੂੜ ਪਈ ਹੋਵੇ ਕਾਸਮਿਕ ਡਸਟ ਕਾਸਮਿਕ ਡਸਟ ਦਾ ਪਤਾ ਨਹੀਂ ਪਰ ਸ਼ਰੀਨ ਦੇ ਲਫ਼ਜ਼ ਜ਼ਰੂਰ ਮੇਰੀ ਗਿੱਚੀ ਕੋਲ ਡੁੱਲੇ ਹੋਏ ਸਨ ਕੋਈ ਕੁੜੀ ਜਦੋਂ ਚੰਨ ਦੀ ਗ੍ਰੈਵਿਟੀ ਵੱਲ ਜਾਣ ਦੀ ਗੱਲ ਆਖੇ ਸ਼ਾਇਦ ਮਰਦ ਦਾ ਕੁਝ ਨਾ ਕੁਝ ਹਿੱਸਾ ਜ਼ਰੂਰ ਉਧਰ ਤੁਰ ਪੈਂਦਾ ਹੈ ਜਦ ਪਿਆ ਇਸ ਪਲਕੀਆਂ ਵਰਿਆਂ ਦੀ ਉਮਰ ਤੋਂ ਕੁਝ ਵਰੇ ਅਚਾਨਕ ਵੱਡਾ ਹੋ ਗਿਆ ਸਾਂ ਤੇ ਮੇਰਾ ਇੱਕ ਹਿੱਸਾ ਧਰਤੀ ਦੀ ਗ੍ਰੈਵਿਟੀ ਤੋਂ ਤਾਂ ਹੋ ਕੇ 노 ਗ੍ਰੈਵਿਟੀ ਸਪੇਸ ਵਿੱਚੋਂ ਲੰਘ ਕੇ ਚੰਨ ਦੀ ਗ੍ਰੈਵਿਟੀ ਚ ਦਾਖਲ ਹੋ ਰਿਹਾ ਸੀ ਸ਼ਾਇਦ ਇਹੀ ਪਲ ਸੀ ਮੇਰਾ ਮੈਂ ਇੱਕ ਨਹੀਂ ਸੀ ਹੋ ਰਿਹਾ ਦੋ ਹੋ ਗਏ ਸਨ ਇੱਕ ਮੇਰੇ ਤੋਂ ਦੂਰ ਪਰਾਂ ਕਿਤੇ ਸ਼ਰੀਨ ਨਾਲ ਡਾਂਸ ਕਰਦਾ ਗੱਲਾਂ ਕਰਦਾ ਉਹਦੇ ਹੋਠ ਚੁੰਮਦਾ ਤੇ ਇੱਕ ਮੇਰੇ ਕੋਲ ਖਲੋਤਾ ਚੁੱਪਚਾਪ ਸਿਰਫ ਉਸ ਦੂਸਰੇ ਨੂੰ ਵੇਖੀ ਜਾਂਦਾ ਪਤਾ ਹੈ ਮਨੁੱਖੀ ਸੁਭਾਅ ਦੀ ਤਸ਼ਰੀਹ ਕਰਨ ਵਾਲੇ ਦਾ ਮਤਲਬ ਕੁਝ ਹੋਰ ਸਮਝਣਗੇ ਅਜਿਹੀ ਹਾਲਤ ਨੂੰ ਇਹ ਲੋਕ ਆਖਦੇ ਹਨ ਵਿਕਤੀ ਤੌਰ ਤੇ ਮਨੁੱਖ ਦੂਜਿਆਂ ਦਾ ਰੋਲ ਅਦਾ ਕਰਦਾ ਹੈ ਇਹ ਵੇਖਣ ਲਈ ਕਿ ਉਹ ਦੂਜਿਆਂ ਲਈ ਦੀਆਂ ਨਜ਼ਰਾਂ ਚ ਕਿਵੇਂ ਵਿਖਾਈ ਦਿੰਦਾ ਹੈ ਇਸ ਲਈ ਉਹ ਇੱਕੋ ਸਮੇਂ ਆਬਜੈਕਟ ਵੀ ਹੁੰਦਾ ਹੈ ਸਬਜੈਕਟ ਵੀ ਮੈਨੂੰ ਕਿਸੇ ਦਾ ਪਤਾ ਨਹੀਂ ਆਪਣਾ ਪਤਾ ਹੈ ਇਹ ਸਿਰਫ ਇਸ ਲਈ ਹੈ ਕਿ ਮੇਰਾ ਆਪਣਾ ਆਪ ਪੂਰੇ ਦਾ ਪੂਰਾ ਕਿਸੇ ਹਰਕਤ ਵਿੱਚ ਸ਼ਾਮਲ ਨਹੀਂ ਤੇ ਜੋ ਜਿੰਨਾ ਵੀ ਉਹਦੇ ਵਿੱਚ ਸ਼ਾਮਲ ਨਹੀਂ ਉਹ ਸਿਰਫ ਦਰਸ਼ਕ ਹੈ ਅੰਗ ਛੇਵਾ ਉਹ ਨੋਬਤ ਆਉਂਦੀ ਦਿਸਦੀ ਸੀ ਪਰ ਇੰਨੀ ਤੇਜ਼ੀ ਨਾਲ ਨਹੀਂ ਇੱਕੋ ਵਾਰ ਗਈ ਸਾਹਮਣੇ ਆਖ ਲੋਤੀ تنویر ਵਾਸਤੇ ਕੋਈ ਰਾਹ ਦਿਸਦਾ ਸੀ ਕਿ ਮਿਸਟਰ ਜੋਸੇਫ ਦੇ ਸਾਹਮਣੇ ਗਿੜਗੜਾ ਕੇ ਮਾਫੀ ਮੰਗੇ ਇੰਜ ਮਾਫੀ ਮੰਗਣਾ ਜਿਵੇਂ ਜਾਨ ਦੀ ਖੈਰ ਮੰਗਣਾ ਹੋਵੇ ਮਿਸਟਰ ਜੋਸੇਫ ਨੇ ਸਿੱਧੇ ਸਾਫ਼ ਲਫ਼ਜ਼ਾਂ ਚ ਕਹਿਤਾ ਸੀ ਯੂਲ ਸੀ ਇਫ ਯੂ ਐਵਰ ਪਾਸ ਤਨਵੀਰ ਬਰੇ ਭਰ ਤੋਂ ਬਹੁਤ ਚੁੱਪ ਰਹਿੰਦਾ ਸੀ ਉਹਦੇ ਅੰਦਰ ਇਕੱਠੀ ਹੋਈ ਹੋਈ ਚੁੱਪ ਪਾਟ ਗਈ ਉਹ ਹੱਸਣ ਲੱਗ ਪਿਆ ਕਹਿਣ ਲੱਗਾ ਸਰ ਤੁਹਾਡੇ ਸਿੱਲੀ ਜੋਕ ਤੇ ਨਹੀਂ ਸਾਹਸਿਆ ਪਰ ਇਹ क्रੂਅਲ ਜੋਕ ਹੈ ਮੇਰਾ ਖਿਆਲ ਹੈ ਮੈਨੂੰ ਇਹਦੇ ਤੇ ਹੱਸਣਾ ਚਾਹੀਦਾ ਤੇ ਹੁਣ ਨੌਬਤ ਸਿਰਫ਼ ਇੰਨੀ ਨਹੀਂ ਰਹੀ ਕਿ ਤਨਵੀਰ ਨੂੰ ਇਸ ਸਾਲ ਵੀ ਜਾਣਬੁੱਝ ਕੇ ਫੇਲ ਕਰ ਦਿੱਤਾ ਜਾਂਦਾ ਪਰ ਲੱਗਾ ਕਿ تنویر ਨੂੰ ਕਾਲਜ ਵਿੱਚੋਂ ਕੱਢਣ ਦੀ ਸਾਜ਼ਿਸ਼ ਹੋ ਰਹੀ ਸੀ। ਇਸ ਸਾਜ਼ਿਸ਼ ਜੇ ਕਿਤੇ ਸੱਚਮੁੱਚ ਕਾਮਯਾਬ ਹੋ ਜਾਂਦੀ ਤੇ ਮਿਸਟਰ ਜੋਸੇਫ ਦਾ ਸਿਰਫ ਸਿੱਲੀ ਤੇ क्रੂਅਲ ਜੋਕ ਨਹੀਂ ਸੀ ਹੋਣਾ, ਇੱਕ ਬਹੁਤ ਵੱਡਾ ਵਲਗਰ ਜੋਕ ਹੋਣਾ ਸੀ। ਆਰਕੀਟੈਕਚਰ ਦਾ ਇੱਕ ਬਹੁਤ ਝੱਲਾ ਸਟੂਡੈਂਟ ਸੀ ਹੀਰੂ। ਇਹਨਾਂ ਝੱਲਾ ਕੇ ਇਮਤਿਹਾਨ 'ਚ ਉਹਨੂੰ ਇੱਕ ਬਰਡ ਕੇਜ ਬਣਾਉਣਾ ਮਿਲਿਆ ਤਾਂ ਉਹਨੇ ਬਰਡ ਕੇਜ 'ਚ ਇੱਕ ਬੈੱਡਰੂਮ ਵੀ ਬਣਾਇਆ ਸੀ ਤੇ ਇੱਕ ਬਾਥਰੂਮ ਵੀ। ਪਰ ਕਹਿੰਦੇ ਹਨ ਇੱਟ ਚੱਲਾ ਪਰ ਉਹਨੂੰ ਸਿਰੇ ਦੀ ਉਹਨੂੰ ਸਿਰ ਦੀ ਇੱਕ ਸਖਤ ਛੱਟ ਤੋਂ ਬਾਅਦ ਹੋਇਆ ਸੀ ਆਪਣੇ ਸਕੂਲ ਪੜ੍ਹਾਈ ਵੇਲੇ ਉਹ ਕਦੇ ਫਰਸਟ ਵੀ ਆਉਂਦਾ ਰਿਹਾ ਸੀ ਪਰ ਇਹ ਉਹਦੀ ਦਿਮਾਗੀ ਹਾਲਤ ਦੀ ਗੱਲ ਹੈ ਉਹਦੇ ਮਨ ਦੀ ਨਹੀਂ ਪਤਾ ਲੱਗਾ ਮਿਸਟਰ ਜੋਸਫ ਨੇ ਉਸ ਛੱਲੇ ਹੀਰੋ ਨੂੰ ਇੰਜ ਦਾ ਸਿਖਾਇਆ ਕਿ ਉਹ ਜੇ ਉਸੇ ਤਰ੍ਹਾਂ ਉਹੀ ਦੁਹਰਾ ਦਿੰਦਾ ਤੇ ਡੀਨ ਦੇ ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਤੇ ਕਾਇਮ ਰਹਿੰਦਾ ਤਾਂ تنویر ਉੱਤੇ ਉਹ ਮੇ ਦਾ ਇਲਜ਼ਾਮ ਲੱਗ ਜਾਣਾ ਸੀ ਤੇ ਫਿਰ تنویر ਨੂੰ ਕਾਲਜ ਚੋਂ ਕੱਢਿਆ ਜਾਣਾ ਸੀ ਹੀਰੂ ਦੇ ਮਨ 'ਚ ਇਹ ਕਿਤੇ ਜ਼ਰੂਰ ਸੀ ਕਿ ਇਹ ਗਲਤ ਹੈ ਉਹਨੇ ਮਿਸਟਰ ਜੋਸੇਫ ਨੂੰ ਕੁਝ ਨਹੀਂ ਕਿਹਾ ਪਰ ਖਬਰਾ ਕੇ تنویر ਨੂੰ ਦੱਸ ਦਿੱਤਾ ਦਿਸ ਇਸ 올 ਵੈਰੀ ਡਿਸਕਸਟਿੰਗ تنویر ਨੇ ਸਾਨੂੰ ਬਾਰ-ਬਾਰ ਸਿਰਫ ਇਹੀ ਆਖਿਆ ਔਰ ਕੋਈ ਲਫ਼ਜ਼ ਨਹੀਂ ਆਖਿਆ ਜਾਈਕ ਦਿਨ ਇਹ ਆਖਿਆ ਆਈ ਕੈਨ ਸਬਮਿਟ ਟੂ ਲਾਈਫ ਨਾਟ ਟੂ ਐਨੀਵਨ ਐਲਸ ਤੇ تنویر ਨੇ ਸਿਰਫ ਕਾਲਜ ਨਹੀਂ ਦੇਸ਼ ਛੱਡ ਦਿੱਤਾ ਇਸ ਹਾਲਤ 'ਚ ਉਹਨੂੰ ਨਾ ਕਿਤੇ ਸਕਾਲਰਸ਼ਿਪ ਮਿਲ ਸਕਦਾ ਸੀ ਨਾ ਦੇਸ਼ ਵਿੱਚੋਂ ਬਾਹਰ ਜਾਣ ਲਈ ਪੈਸਾ ਸਿਰਫ ਕਿਸੇ ਦਰਾਂ ਉਹਨੇ 470 ਰੁਪਏ ਇਕੱਠੇ ਕੀਤੇ ਤੇ ਬੰਬਈ ਤੋਂ 베ੜੀ ਦੇ ਸਫਰ 'ਚ ਬਸਰਾ ਚਲਾ ਗਿਆ ਉੱਥੇ ਉਹ ਖਾਲੀ ਹੱਥ ਕੀ ਕਰਦਾ ਹੋਵੇਗਾ ਸਾਨੂੰ ਕੁਝ ਪਤਾ ਨਹੀਂ ਸੀ ਇਟਸ ਆਲ ਵੈਰੀ ਡਿਸਕਸਟਿੰਗ ਤਨਵੀਰ ਚਲਾ ਗਿਆ ਸੀ ਪਰ ਉਹਦੇ ਇਹ ਲਫ਼ਜ਼ ਪਿੱਛੇ ਰਹਿ ਗਏ ਸਨ ਇਹ ਲਫ਼ਜ਼ ਕਈ ਸ਼ਕਲਾਂ ਤੇ ਦਿਸਦੇ ਸਨ ਮਸਲਨ ਸਾਡੀ ਕਾਲਜ ਵਾਲੀ ਸੜਕ ਉੱਤੇ ਇੱਕ ਮਰੀਅਲ ਜਿਹਾ ਕੁੱਤਾ ਸੀ ਰੋਜ਼ ਵੇਖਦੇ ਸਾਂ ਉਹਦੀਆਂ ਪਿਛਲੀਆਂ ਲੱਤਾਂ ਸ਼ਾਇਦ ਕਦੀ ਕਿਸੇ ਲਾਰੀ ਮੋਟਰ ਹੇਠਾਂ ਆਈਆਂ ਹੋਣਗੀਆਂ ਪਤਾ ਨਹੀਂ ਹੁਣ ਪਰ ਹੁਣ ਉਹ ਨਾ ਉਹਦੇ ਢੜ ਨਾਲੋਂ ਲੱਤੀਆਂ ਹੋਈਆਂ ਸੀ ਇਹਨਾਂ ਜੁੜੀਆਂ ਹੋਈਆਂ ਉਹ ਜਦੋਂ ਉਹਨਾਂ ਲੱਤਾਂ ਨੂੰ ਜ਼ਮੀਨ ਤੇ ਖਿੱਚੇਟਦਾ ਕਿਸੇ ਦੇ ਪੈਰਾਂ ਨੂੰ ਚੱਟਣ ਦੀ ਕੋਸ਼ਿਸ਼ ਕਰਦਾ ਸੀ تنویر ਦੇ ਲਫ਼ਜ਼ ਸਾਨੂੰ ਉਹਦੀ ਸ਼ਕਲ 'ਚ ਵੀ ਦਿਸਦੇ ਸਨ ਇੱਕ ਗੁੱਸਾ ਸੀ ਡੱਕੇ ਹੋਏ ਪਾਣੀ ਵਾਂਗ ਜਿਹਦੇ ਨਿਕਲਣ ਲਈ ਕਿਤੇ ਰਾਹ ਨਹੀਂ ਸੀ ਇਸ ਲਈ ਉਹ ਜਿੱਥੇ ਡੱਕਿਆ ਸੀ ਉਹਨਾਂ ਕੰਧਾਂ ਨੂੰ ਹੀ ਖੋਰਦਾ ਪਿਆ ਸੀ ਅਸੀਂ ਸਾਰੇ ਆਪਣੇ ਆਪ ਨੂੰ ਹੀ ਖੋਰਦੇ ਪਏ ਸਾਂ ਰਜ਼ਵੀ ਨਾਂ ਦੇ ਇੱਕ ਲੜਕੇ ਕੋਲ ਫੋਰਨ ਮੋਟਰਸਾਈਕਲ ਸੀ ਉਹ ਜੋ ਬੜਾ ਦੋਸਤ ਨੁਮਾ ਲੜਕਾ ਸੀ ਉਹਦੇ ਕੋਲ ਕੋਈ ਵੀ ਕਾਫੀ ਪੀਣ ਚਲਾ ਜਾਏ ਉਹ ਕਿਸੇ ਹੋਰ ਨੂੰ ਪੈਸੇ ਨਹੀਂ ਸੀ ਦੇਣ ਦਿੰਦਾ ਪਰ ਆਪਣੀ ਮੋਟਰਸਾਈਕਲ ਉੱਤੇ ਉਹ ਕਿਸੇ ਨੂੰ ਨਹੀਂ ਸੀ ਚਲਾਉਣ ਦਿੰਦਾ ਤਨਵੀਰ ਵਾਲੇ ਹਾਦਸੇ ਤੋਂ ਬਾਅਦ ਇੱਕ ਦਿਨ ਅਸ਼ੋਕ ਦਾ ਗੁੱਸਾ ਅਚਾਨਕ ਰਜ਼ਵੀ ਤੇ ਵਰ ਪਿਆ। ਸਾਲਾ ਮੋਟਰਸਾਈਕਲ ਨੂੰ ਹੱਥ ਨਹੀਂ ਲਾਉਣ ਦਿੰਦਾ। ਉਸ ਦਿਨ ਵਿਨੀਤ ਤੇ ਅਸ਼ੋਕ ਨੇ ਇੱਕ ਤਰਕੀਬ ਘੜੀ। ਸ਼ਾਮ ਨੂੰ ਜਦੋਂ ਰਜ਼ਵੀ ਆਇਆ, ਅਸ਼ੋਕ ਇੰਜ ਹਰਕਤਾਂ ਕਰਨ ਲੱਗਾ ਜਿਵੇਂ ਉਹਨੇ ਸ਼ਰਾਬ ਪੀਤੀ ਹੋਵੇ। ਸ਼ਰਾਬੀ ਹਰਕਤਾਂ ਦੀ ਐਕਟਿੰਗ 'ਚ ਉਹਨੇ ਰਜ਼ਵੀ ਨੂੰ ਜ਼ੋਰ ਦਾ ਇੱਕ ਮੁੱਕਾ ਮਾਰਿਆ। ਸਾਲੇ ਮੋਟਰਸਾਈਕਲ ਦੀ ਚਾਬੀ ਦੇਣਾ ਕਿ ਨਹੀਂ? ਰਜ਼ਵੀ ਨੇ ਕਬਰਾ ਕੇ ਮੋਟਰਸਾਈਕਲ ਦੀ ਚਾਬੀ ਉਹਦੇ ਸਾਹਮਣੇ ਕਰਤੀ। ਕੋਲੋਂ ਵਿਨੀ ਨੇ ਕਿਹਾ ਸੀ ਕਿ ਅਸ਼ੋਕ ਇਸ ਵੇਲੇ ਹੋਸ਼ 'ਚ ਨਹੀਂ। ਇਸ ਲਈ ਇਹਨੂੰ ਨਾ ਕੀਤੀ ਤਾਂ ਪਤਾ ਨਹੀਂ ਕੀ ਕਰਦੇ ਤੇ ਵਿੰਨੀ ਨੇ ਰਜ਼ਵੀ ਨੂੰ ਯਕੀਨ ਦਿਵਾਇਆ ਕਿ ਮੋਟਰਸਾਈਕਲ ਉਹ ਆਪ ਚਲਾਏਗਾ ਅਸ਼ੋਕ ਨੂੰ ਸਿਰਫ ਪਿੱਛੇ ਬਿਠਾ ਲਏਗਾ ਤੇ 2 ਮੀਲ ਚੱਕਰ ਲਾ ਕੇ ਵਾਪਸ ਆ ਜਾਏਗਾ ਵਿੰਨੀ ਤੇ ਅਸ਼ੋਕ ਨੇ ਘੰਟਾ ਕੁ ਮੋਟਰਸਾਈਕਲ ਚਲਾ ਲਈ ਸਿਰਫ ਰਜ਼ਵੀ ਦੀ ਜ਼ਿੱਦ ਤੋੜਨ ਵਾਸਤੇ ਰਜ਼ਵੀ ਦੀ ਜ਼ਿੱਦ ਵੀ ਐਵੇਂ ਮੰਨ ਦਾ ਬਹਾਨਾ ਜਿਆ ਸੀ ਅਸਲ ਤੇ تنویر ਵਾਲੇ ਹਾਦਸੇ ਦਾ ਗੁੱਸਾ ਸੀ ਜੋ ਮਿਸਟਰ ਜੋਸਫ ਅਤੇ ਕਢਿਆਨੀ ਸੀ ਜਾ ਰਿਹਾ ਸ਼ਰੀਨ تنویر ਨੂੰ ਜਾਣਦੀ ਨਹੀਂ ਸੀ ਉਨੇ ਸਿਰਫ ਸਾਡੇ ਕਈਆਂ ਕੋਲੋਂ ਉਹਦੀ ਗੱਲ ਸੁਣੀ ਸੀ ਕਮਬਖਤ ਨੂੰ ਪਤਾ ਨਹੀਂ ਕੀ ਸੁੱਝਿਆ ਇੱਕ ਦਿਨ ਇਕੱਲੀ 70 ਮੀਲ ਦੂਰ ਇੱਕ ਝੀਲ ਨੂੰ ਵੇਖਣ ਚਲੀ ਗਈ ਵਾਪਸ ਆਈ ਤਾਂ ਹਿਚ ਹਾਈਕਿੰਗ ਦਾ ਖਿਆਲ ਤੈਨੂੰ تنਵੀਰ ਤੋਂ ਆਇਆ ਸੀ ਮੈਂ ਉਹਨੂੰ ਚਾਹ ਦੇ ਕੇ ਪਹਿਲਾਂ ਬੜੇ ਆਰਾਮ ਨਾਲ ਸਿਰਫ ਇਹੀ ਪੁੱਛਿਆ ਸੀ ਮਨ 'ਚ ਉਹਦੇ ਗੁੱਸਾ ਆ ਰਿਹਾ ਸੀ ਪਰ ਜ਼ਰਦ ਜੇ ਮੂੰਹ ਨਾਲ ਇਸ ਤਰ੍ਹਾਂ ਬੈਠੀ ਹੋਈ ਸੀ ਗੁੱਸੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਰਾਤ ਅੱਧੀ ਹੋਣ ਲੱਗੀ ਸੀ ਜਿਸ ਵੇਲੇ ਉਹ ਵਾਪਸ ਪਹੁੰਚੀ ਸੀ ਹੋਸਟਲ ਤੋਂ ਉਸ ਵੇਲੇ ਨਹੀਂ ਸੀ ਜਾ ਸਕਦੀ ਇਸ ਲਈ ਉਹ ਸਾਡੀ ਹਵੇਲੀ ਚ ਆ ਗਈ ਸੀ ਥੈਂਕ ਗੋਡ ਆਮ ਅ ਲਾਈਵ ਉਹਨੇ ਆਉਂਦੀ ਨਹੀਂ ਕਹਿ ਕੇ ਕਿਸੇ ਨੂੰ ਵੀ ਗੁੱਸੇ ਹੋਣ ਜੋਗਾ ਨਹੀਂ ਸੀ ਰਹਿਣ ਦਿੱਤਾ ਮੈਂ ਹੱਥ 'ਚ ਥਰਮਸ ਲੈ ਕੇ ਚਾਹ ਵਾਲੀ ਦੁਕਾਨ ਤੇ ਗਿਆ ਸਾਹ ਦੁਕਾਨ ਬੰਦ ਸੀ ਪਰ ਦੁਕਾਨ ਵਾਲਾ ਕੋਲ ਹੀ ਮੰਜੀ ਢਾਕੇ ਸੁੱਤਾ ਪਿਆ ਸੀ ਉਹਨੂੰ 2 ਰੁਪਏ ਦੇ ਕੇ ਮਸਾ ਥੋੜੀ ਜੀ ਚਾਹ ਬਣਵਾਈ ਸੀ ਉਹ ਚਾਹ ਦਾ ਇੱਕ ਪਿਆਲਾ ਜਦੋਂ ਪੀ ਚੁੱਕੀ ਰਹੀਂਦੀ ਚਾਹ ਉਹਦੇ ਵੱਲ ਕਰਕੇ ਮੂੰਹ ਨਿਕਲ ਗਿਆ ਸੀ ਹੁਣ ਬਾਕੀ ਦੀ ਤਤੀ ਚਾਹ ਤੇਰੇ ਸਿਰ ਤੇ ਪਾ ਦਿਆਂ ਕਿ ਤੇਰੇ ਸਿਰ ਨੂੰ ਕੁਝ ਸਮਝ ਆ ਜਾਏ ਮੇਬੀ ਇਨ ਦਾ ਮਾਰਨਿੰਗ ਨਾਟ ਨਾਉ ਉਹਨੇ ਮਸਾਂ ਇੱਕ ਆਖਿਆ ਤੇ ਕੰਬਦੀ ਜੀ ਮੇਰੇ ਕਮਰੇ ਚ ਸੌ ਗਈ ਮੈਂ ਹਾਲਚ ਅਸ਼ੋਕ ਕੋਲ ਜਾ ਕੇ ਸੌ ਗਿਆ ਇਹੋ ਜੇ ਡਰਾਉਣੇ ਸੁਪਨੇ ਮੈਨੂੰ ਜ਼ਿੰਦਗੀ ਚ ਕਦੀ ਨਹੀਂ ਆਏ ਬੜੀ ਤੇਜ਼ੀ ਨਾਲ ਦੌੜਦੇ ਟਰੱਕ ਹਰ ਇੱਕ ਟਰੱਕ ਚੋਂ ਚੀਕਾਂ ਦੀ ਆਵਾਜ਼ ਕੋਈ ਟਰੱਕ ਸੜਕ ਤੇ ਉਲਟਿਆ ਹੋਇਆ ਕੋਈ ਮੇਰੇ ਵੱਲ ਨੂੰ ਜਾਉਂਦਾ ਪਿਆ ਜਿਵੇਂ ਸਿੱਧਾ ਮੇਰੇ ਤੇ ਦੀ ਲੰਘ ਜਾਏਗਾ ਪਤਾ ਨਹੀਂ ਆਪਣੀ ਉਨੀਂਦਰੀ ਰਾਤ ਦਾ ਗੁੱਸਾ ਸੀ ਕਿ ਸਵੇਰੇ ਜਦੋਂ ਕਮਰੇ 'ਚ ਗਿਆ ਸ਼੍ਰੀਨ ਨੂੰ ਆਖਿਆ ਸਮਥਿੰਗ ਇਜ਼ ਰੀਅਲੀ ਇਨਸੇਨ ਅਬਾਊਟ ਯੂ ਆਈ ਥਿੰਕ ਸੋ ਸ਼੍ਰੀ ਨੇ ਜਵਾਬ ਦਿੱਤਾ ਕੋਈ ਆਪਣੇ ਮੂਹ ਇੰਜ ਆਖ ਦੇਵੇ ਤਾਂ ਉਹਨੂੰ ਕੀ ਆਖਿਆ ਜਾ ਸਕਦਾ ਕੁਚਿਰ ਬਾਦੀ ਆਖ ਸਕਿਆ ਪਰ ਤੈਨੂੰ ਹੋਇਆ ਕੀ ਸੀ ਤੈਨੂੰ ਇਹ ਖਿਆਲ ਤਨਵੀਰ ਤੋਂ ਆਇਆ ਸੀ ਪਾਟਲੀ ਪਰ ਤੈਨੂੰ ਇਹ ਨਹੀਂ ਖਿਆਲ ਆਇਆ ਕਿ ਉਹ ਲੜਕਾ ਹੈ ਉਹ ਸੜਕ ਉੱਤੇ ਵੀ ਸੌਂ ਸਕਦਾ ਹੈ ਉਹ ਉਸ ਵੇਲੇ ਜਾਣ ਲੱਗਿਆ ਖਿਆਲ ਨਹੀਂ ਸੀ ਆਇਆ ਫਿਰ ਫਿਰ ਆਉਣ ਵੇਲੇ ਪਤਾ ਲੱਗਾ ਕੀ ਪਤਾ ਲੱਗਾ ਇਟ ਇਜ਼ ਸਟਾਰੇਬਲ ਹੌਲੀ ਹੌਲੀ ਸ਼ਰੀਨ ਨੇ ਦੱਸਿਆ ਕਿ ਆਉਂਦੀ ਵਾਰ ਉਹਨੇ ਇੱਕ ਟਰੱਕ 'ਚ ਲਿਫਟ ਲਈ ਸੀ ਪਰ ਜਦੋਂ ਚੰਗਾ ਹਨੇਰਾ ਪੈ ਗਿਆ ਇੱਕ ਜਣਾ ਗੋਂਟ ਕੇ ਪਿੱਛੇ ਉਹਦੇ ਕੋਲ ਆ ਬੈਠਾ ਉਹਨੇ ਆਖਿਆ ਕੁਝ ਨਹੀਂ ਸੀ ਪਰ ਲੱਗਦਾ ਸੀ ਕਿਸੇ ਮਿੰਟ ਕੁਝ ਵੀ ਆਕਦਾ ਹੈਗਾ ਫਿਰ ਉਹਨਾਂ ਨੇ ਟਰੱਕ ਰੋਕ ਲਿਆ ਇੱਕ ਥਾਂ 'ਤੇ ਕੁਝ ਦੁਕਾਨਾਂ ਸਨ ਜਿੱਥੇ ਪਿੱਛੇ ਬੈਠਾ ਹੋਇਆ ਸੀ ਉਤਰ ਕੇ ਇੱਕ ਦੁਕਾਨਵਾਲ ਗਿਆ ਉਹ ਸਮਝ ਗਈ ਸੀ ਕਿ ਉਹ ਸ਼ਰਾਬ ਲੈਣ ਵਾਸਤੇ ਗਿਆ ਸੀ ਉਹ ਟਰੱਕ 'ਚ ਉਤਰ ਪਈ ਉਸ ਵੇਲੇ ਉਹਨੂੰ ਅਸਲੀ ਖਤਰੇ ਦਾ ਅਹਿਸਾਸ ਹੋਇਆ ਸੀ ਉਹ ਬਿਲਕੁਲ ਉਜਾੜ ਥਾਂ ਨਹੀਂ ਸੀ ਬਸ ਇਹੀ ਉਹਨੂੰ ਹੌਸਲਾ ਸੀ ਇੱਕ ਚਾਦੀ ਦੁਕਾਨ ਤੇ ਕੁਝ ਭੇਡ ਸੀ ਉੱਥੇ ਜਾ ਘਲੋਤੀ ਮੁੜ ਕੇ ਟਰੱਕ 'ਚ ਬਹਿਣ ਤੋਂ ਨਾ ਕਰ ਦਿੱਤੇ ਸੁਣ ਕੇ ਗੁੱਸਾ ਆ ਰਿਹਾ ਸੀ ਕੀ ਆ ਸਕਦਾ ਸੀ ਉਹ ਕਹਿ ਰਹੀ ਸੀ ਅੱਜ ਜਿਉਂਦੀ ਆ ਗਈਆਂ ਇਹ ਗੱਲ ਕਿਉਂ ਨਹੀਂ ਸੋਚਦਾ ਪਰ ਜੇ ਕੁਝ ਹੋ ਜਾਂਦਾ ਮੈਨੂੰ ਕਿਰਚ ਵਾਂਗੂ ਗਲ ਚੁੱਭਦੀ ਪਈ ਸੀ ਜਦੋਂ ਫੇਰ ਇੱਕ ਕਾਰ 'ਚ ਲਿਫਟ ਲਈ ਉਦੋਂ ਵੀ ਕੰਬ ਰਹੀ ਸੀ ਹੁਣ ਤੱਕ ਕੰਬ ਰਹੀ ਆ ਪਰ ਹੁਣ ਇਸ ਗੱਲ ਨੂੰ ਭੁੱਲ ਜਾ ਇੱਕ ਇਕਰਾਰ ਤੇ ਕੀ ਅਗੋਂ ਕਦੀ ਇੰਜ ਨਹੀਂ ਕਰਨਗੀ ਨਹੀਂ ਕਰਾਂਗੀ ਪਰ ਤੂੰ ਇਹ ਕੀਤਾ ਕਿ ਮੇਰੇ ਕੋਲ ਅਜੇ ਵੀ ਇਹੀ ਗੱਲ ਪੁੱਛੀ ਜਾ ਰਹੀ ਸੀ ਇੱਕ ਵਾਰ ਤੂੰ ਆਖਿਆ ਸੀ ਕਮ ਬੈਕ ਟੂ ਦ ਅਰਥ ਪਰ ਉਸ ਗੱਲ ਦਾ ਇਸ ਗੱਲ ਨਾਲ ਕੀ تعلق ਹੰਗਰ ਤੇ ਹਾਰਡਸ਼ਿਪ ਦੇਖਣਾ ਚਾਹੁੰਦੀ ਸੀ ਮੈਂ ਉੱਪਰ ਰਹਿ ਗਿਆ ਧਰਤੀ ਉਤਰ ਧਰਤੀ ਤੇ ਉਤਰਨ ਦਾ ਮਤਲਬ ਉਹਨੇ ਕਿੰਨਾ ਸਾਦਾ ਜਿਹਾ ਕੱਢਿਆ ਸੀ ਸਿਰਫ ਭੁੱਖ ਤੇ ਥਕਾਵਟ ਉਹਨੇ ਕੁਝ ਠਹਿਰ ਕੇ ਪਤਾ ਨਹੀਂ ਕਿਉਂ ਪੁੱਛਿਆ ਅੱਛਾ ਜੇ ਮੈਨੂੰ ਕੁਝ ਹੋ ਜਾਂਦਾ ਮੈਂ ਹਸਪਤਾਲ 'ਚ ਪਈ ਹੁੰਦੀ ਤੈਨੂੰ ਪਤਾ ਲੱਗਦਾ ਤੂੰ ਮੈਨੂੰ ਦੇਖਣ ਲਈ ਆਉਂਦਾ ਕਿ ਨਹੀਂ ਅਜੀਬ ਪਾਗਲ ਸਵਾਲ ਸੀ ਮੈਂ ਕੁਝ ਦੇਰ ਚੁੱਪ ਰਿਹਾ ਉਹਨੇ ਫੇਰ ਇਹੀ ਸਵਾਲ ਦੁਹਰਾਇਆ ਹਾਂ ਆਉਂਦਾ ਜਹੰਮ ਵਿੱਚ ਵੀ ਹੁੰਦੀ ਫੇਰ ਵੀ ਆਉਂਦਾ ਗੁੱਸੇ ਨਾਲ ਮੇਰੇ ਮੂੰਹ ਨਿਕਲਿਆ ਪਰ ਮੇਰੇ ਇਸ ਜਵਾਬ ਨਾਲ ਉਹ ਖੁਸ਼ ਸੀ ਉਹਨੇ ਫੇਰ ਕੋਈ ਸਵਾਲ ਨਹੀਂ ਪੁੱਛਿਆ ਮੈਨੂੰ ਨਹੀਂ ਪਤਾ ਮੈਂ ਜਵਾਬ ਕਿਉਂ ਦਿੱਤਾ ਸੀ ਉਸ ਦਿਨ ਐਤਵਾਰ ਸੀ ਕਾਲਜ ਨਹੀਂ ਜਾਣਾ ਸੀ ਅਸੀਂ ਸਾਰੇ ਜਿਵੇਂ ਅੱਗੇ ਚਾਹ ਪੀਣ ਲਈ ਨੇੜੇ ਦੇ ਢਾਬੇ ਤੇ ਜਾਂਦੇ ਸੀ ਉਸ ਦਿਨ ਵੀ ਗਏ ਸਿਰਫ ਉਸ ਦਿਨ ਫਰਕ ਕੇ ਸੀ ਕਿ ਸ਼ਰੀਨ ਸਾਡੇ ਨਾਲ ਸੀ ਉਸ ਦਿਨ ਅਸੀਂ ਚਾਹ ਪੀਣ ਤੋਂ ਪਿੱਛੋਂ ਬਾਜ਼ਾਰ ਚੋਂ ਇੱਕ ਸਟੋਕ ਖਰੀਦਿਆ ਇੱਕ ਕੇਤਲੀ ਚਾਹ ਦੀ ਪੱਤੀ ਵੀ ਖਰੀਦੀ ਇਹ ਸ਼ਰੀਨ ਦਾ ਕਹਿਣਾ ਸੀ ਕਿ ਹਵੇਲੀ 'ਚ ਘੱਟੋ-ਘੱਟ ਚਾਹ ਬਣਾਉਣ ਦਾ ਕੁਝ ਸਮਾਨ ਜ਼ਰੂਰ ਹੋਣਾ ਚਾਹੀਦਾ ਸੀ ਦੁਪਹਿਰ ਤੱਕ ਕੋਈ ਖਾਸ ਗੱਲ ਨਹੀਂ ਹੋਈ ਸਭ ਕੁਝ ਸੁਭਾਵਕ ਜਿਹਾ ਲੱਗਾ ਰਿਹਾ ਲੱਗ ਰਿਹਾ ਸੀ ਸ਼ਰੀਨ ਅਸ਼ੋਕ ਤੇ ਵਿੰਨੀ ਵਾਂਗ ਇੱਕ ਹੋਰ ਦੋਸਤ ਲੱਗ ਰਹੀ ਸੀ ਉਸ ਦਿਨ ਦੁਪਹਿਰ ਦੀ ਰੋਟੀ ਵੀ ਅਸਾਂ ਸਾਰਿਆਂ ਨੇ ਇਕੱਠੀ ਖਾਧੀ ਸੀ ਸਿਰਫ ਉਸ ਤੋਂ ਬਿਚ ਮੈਂ ਆਖਿਆ ਸੀ ਮਾਈ ਡੀਅਰ ਹੁਣ ਅਸੀਂ ਜਨਗਨ ਮੰਗਾਈਏ ਤਾਂ ਤੂੰ ਹੌਸਟਲ ਜਾਏਂਗੀ ਧੰਨਵਾਦ